ਗਰਮੀਆਂ ਦਾ ਤੋਹਫਾ ਲੀਚੀ, ਜਿਸ ਨੂੰ ਹਰ ਕੋਈ ਸ਼ੌਂਕ ਨਾਲ ਖਾਂਦਾ ਹੈ। ਪਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੀਚੀ ਖਾਣਾ ਜਾਨਲੇਵਾ ਵੀ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇੰਨੇ ਦਿਨੇ ਬਿਹਾਰ ਦੇ ਮੁਜ਼ੱਫਰਨਗਰ 'ਚ ਚਮਕੀ ਬੁਖਾਰ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਤੱਕ 150 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਕਾਰਨ ਬਾਕੀ ਸੂਬਿਆਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ 5 ਟੀਮਾਂ ਦਾ ਗਠਨ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਬੁਖਾਰ ਲੀਚੀ ਖਾਣ ਦੇ ਨਾਲ ਹੁੰਦਾ ਹੈ। ਇਸ ਸੰਬੰਧੀ ਲੁਧਿਆਣਾ ਤੋਂ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਅਤੇ ਸਾਬਕਾ SMO ਡਾਕਟਰ ਕਰਮਵੀਰ ਗੋਇਲ ਦਾ ਕੀ ਕਹਿਣਾ, ਆਓ ਜਾਣਦੇ ਹਾਂ। ਚਮਕੀ ਬੁਖਾਰ ਜਿਹੜਾ ਅੱਜ ਕੱਲ੍ਹ ਤੁਸੀਂ TV ਵਗੈਰਾ 'ਤੇ ਦੇਖਿਆ ਹੋਣਾ ਕਿ ਬਿਹਾਰ ਦੇ ਮੁਜ਼ੱਫਰਨਗਰ ਵਗੈਰਾ ਇਲਾਕੇ ਦੇ ਵਿੱਚ ਜਿਸ ਏਰੀਏ ਦੇ ਵਿੱਚ ਲੀਚੀ ਜ਼ਿਆਦਾ ਹੁੰਦੀਆਂ ਔਰ ਫਰੀਲੀ ਅਵੇਲੇਬਲ ਜ਼ਿਆਦਾ ਹੈਗੀਆਂ, ਸਸਤੀਆਂ ਹੁੰਦੀਆਂ, ਮੇਰਾ ਖਿਆਲ ਹੈ ਉੱਥੇ ਲੀਚੀ ਦੀ ਕੰਜਮਸ਼ਨ ਜ਼ਿਆਦਾ ਹੈ। ਬੱਚੇ ਲੀਚੀ ਖਾ ਲੈਂਦੇ ਨੇ, ਉਸ ਤੋਂ ਬਾਅਦ ਕੁਛ ਪ੍ਰੋਪਰ ਡਾਇਟ ਨਹੀਂ ਲੈਂਦੇ, ਖਾਣਾ ਨਹੀਂ ਖਾਂਦੇ, ਦੁੱਧ ਨਹੀਂ ਪੀਂਦੇ, ਸੌ ਜਾਂਦੇ ਨੇ, ਤਾਂ ਉਹ ਲੰਬਾ ਟਾਈਮ ਜਿਹੜਾ ਹੁੰਦਾ ਉਹਨਾਂ ਦਾ ਕੁਛ ਨਾ ਖਾਣ ਪੀਣ ਕਰਕੇ। ਇਹ ਲੀਚੀ ਦੇ ਵਿੱਚ ਇੱਕ ਐਸਾ ਕੈਮੀਕਲ ਹੁੰਦਾ MCPG ਕਹਿੰਦੇ ਹਾਂ ਉਸ, ਮਿਥਲਾਈਨ ਸਾਈਕਲੋਪ੍ਰੋਪਾਈਲ ਗਲਾਈਸੀਨ, ਉਹਦੇ ਨਾਲ ਸ਼ੂਗਰ ਘੱਟ ਜਾਂਦੀ ਹੈ, ਗਲੂਕੋਸ ਲੈਵਲ ਘੱਟ ਜਾਂਦਾ ਬਲੱਡ 'ਚ, ਔਰ ਜਦੋਂ ਹੀ ਬਲੱਡ ਗਲੂਕੋਸ ਲੈਵਲ ਘੱਟਦਾ ਹੈਗਾ ਉਹ ਬ੍ਰੇਨ ਨੂੰ ਸ਼ੂਗਰ ਜ਼ਿਆਦਾ ਨਾ ਮਿਲਣ ਕਰਕੇ, ਪ੍ਰੋਪਰ ਖੁਰਾਕ ਨਾ ਮਿਲਣ ਕਰਕੇ ਬ੍ਰੇਨ ਦੀ ਸੋਜਿਸ਼ ਹੋ ਜਾਂਦੀ ਹੈ, ਬ੍ਰੇਨ ਇਫੈਕਟ ਹੋ ਜਾਂਦਾ ਹੈ, ਇਹਨੂੰ ਅਸੀਂ ਅਕਿਊਟ ਇਨਕੈਫਲਾਈਟਿਸ ਸਿੰਡਰੋਮ ਕਹਿੰਦੇ ਹਾਂ। ਇਹਦੇ ਨਾਲ ਬੁਖਾਰ ਦੇ ਨਾਲ ਬੱਚੇ ਨੂੰ ਬੇਹੋਸ਼ੀ ਹੋ ਜਾਂਦੀ ਹੈ, ਬੇਹੋਸ਼ੀ ਦੇ ਨਾਲ ਬੱਚੇ ਦਾ ਸਾਰਾ ਬ੍ਰੇਨ ਦੀ ਸੋਜਿਸ਼ ਕਰਕੇ ਬੱਚੇ ਨੂੰ ਬੰਦਾ ਬੱਚਾ ਮੌਤ ਦੇ ਮੂੰਹ 'ਚ ਚਲਾ ਜਾਂਦਾ ਹੈ। ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੀ ਹੈਗਾ ਕਿ 100-150 ਮੌਤਾਂ ਦੇ ਕਰੀਬ ਮੌਤਾਂ ਹੋ ਚੁੱਕੀਆਂ ਉਸ ਇਲਾਕੇ ਦੇ ਵਿੱਚ, ਔਰ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਵੀ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈਗੀ ਹੈ, ਮਾਈਗ੍ਰੈਂਟ ਪਾਪੂਲੇਸ਼ਨ ਹੈ, ਔਰ ਅੱਜ ਕੱਲ੍ਹ ਮੂਵਮੈਂਟ ਜ਼ਿਆਦਾ ਹੈਗੀ ਹੈ। ਇਸ ਕਰਕੇ ਇਹ ਜਸਟੀਫਾਈਡ ਹੈ ਕਿ ਆਪਾਂ ਇਸ ਚੀਜ਼ ਦੀ ਅਵੇਅਰਨੈਸ ਕਰੀਏ ਲੋਕਾਂ ਨੂੰ ਕਿ ਕੋਈ ਵੀ ਬੱਚਾ ਸਪੈਸ਼ਲੀ ਜਿਹਦਾ ਕਿ ਨਿਊਟ੍ਰੀਸ਼ਨਲ ਸਟੇਟਸ ਬਹੁਤਾ ਵਧੀਆ ਨਹੀਂ ਹੈਗਾ, ਜਿਵੇਂ ਕਮਜ਼ੋਰ ਬੱਚਾ ਹੈ ਕੋਈ, ਉਹ ਲੀਚੀ ਖਾਂਦਾ ਹੈ ਸ਼ਾਮ ਨੂੰ ਔਰ ਉਸ ਤੋਂ ਬਾਅਦ ਖਾਂਦਾ ਪੀਂਦਾ ਨਹੀਂ ਹੈ, ਉਹ ਅਗਲੇ ਦਿਨ ਬੱਚੇ ਨੂੰ ਬੁਖਾਰ ਹੈ ਔਰ ਨਾਲ ਬੱਚਾ ਪ੍ਰੋਪਰ ਉਹਦੀ ਐਕਟੀਵਿਟੀ ਨਹੀਂ ਹੈ। ਮਦਰ ਨੂੰ ਪਤਾ ਹੁੰਦਾ ਕਿ ਬੱਚਾ ਐਕਟਿਵ ਹੈ, ਬੱਚਾ ਅਰਧ ਬੇਹੋਸ਼ੀ 'ਚ ਹੈ, ਬੇਹੋਸ਼ੀ 'ਚ ਹੈ, ਨੀਂਦਾ ਜ਼ਿਆਦਾ ਹੈ, ਉੱਠ ਨਹੀਂ ਰਿਹਾ ਔਰ ਉਹਨੇ ਰਾਤ ਨੂੰ ਕੁਝ ਖਾਧਾ ਪੀਤਾ ਨਹੀਂ ਸੀ, ਇਮੀਡੀਏਟਲੀ ਇਸ ਚਮਕੀ ਬੁਖਾਰ ਨੂੰ ਦਿਮਾਗ 'ਚ ਰੱਖਦੇ ਹੋਏ ਡਾਕਟਰ ਕੋਲ ਜਾਣਾ ਚਾਹੀਦਾ, ਹੋਸਪਿਟਲ ਜਾਣਾ ਚਾਹੀਦਾ ਹੈਗਾ, ਤਾਂ ਕਿ ਇਸ ਚੀਜ਼ ਤੋਂ ਆਪਾਂ ਬਚ ਸਕੀਏ ਕਿ ਉਹ ਸਟੇਜ ਨਾ ਆਵੇ ਜਿਹਦੇ ਨਾਲ ਕਿ ਡਾਕਟਰ ਕੋਲ ਪਹੁੰਚਣ ਤੋਂ ਬਾਅਦ ਵੀ ਇਲਾਜ ਨਾ ਹੋ ਸਕੇ। ਇਹਦੇ ਵਿੱਚ 2 ਘੰਟੇ ਦੇ ਵਿੱਚ ਅਸੀਂ ਇਸ ਕਰਕੇ ਕਹਿੰਦੇ 120 ਮਿੰਟ ਕਿ ਜੇ ਸ਼ੂਗਰ ਦਾ ਲੈਵਲ ਇੰਨਾ ਹਾਲੇ ਨਹੀਂ ਘਟਿਆ, ਜਿਹਨੇ ਕਿ ਬ੍ਰੇਨ ਨੂੰ ਇੰਨਾ ਇਫੈਕਟ ਨਹੀਂ ਕੀਤਾ, ਅਸੀਂ ਗਲੂਕੋਸ ਵਗੈਰਾ ਲਗਾ ਕੇ ਉਹਦਾ ਸ਼ੂਗਰ ਲੈਵਲ ਇੰਨਾ ਪ੍ਰੋਪਰ ਕਰ ਦਈਏ ਕਿ ਬ੍ਰੇਨ ਨੂੰ ਪ੍ਰੋਪਰ ਖੁਰਾਕ ਜਾਏ ਔਰ ਬ੍ਰੇਨ ਇਫੈਕਟ ਨਾ ਹੋਵੇ, ਤਾਂ ਬਹੁਤ ਬੱਚਿਆਂ ਦੀਆਂ ਜਾਨਾਂ ਹੀ ਬਚਣਗੀਆਂ ਔਰ ਉਹਨਾਂ ਦੀ ਕੈਜੁਅਲਟੀ ਘੱਟ ਜਾਏਗੀ। ਸਭ ਤੋਂ ਜ਼ਿਆਦਾ ਇੰਪੋਰਟੈਂਟ ਅਗੇਨ ਮੈਂ ਦੁਬਾਰਾ ਫਿਰ ਇਹ ਕਹੂੰਗਾ ਕਿ ਲੀਚੀ ਖਾਣ ਦਾ ਕੋਈ ਡਰ ਨਹੀਂ ਹੈ, ਲੀਚੀ ਖਾਣ, ਲੇਕਿਨ ਇਹ ਇਨਸ਼ੋਰ ਕਰ ਲੈਣ ਕਿ ਲੀਚੀ ਖਾਣ ਤੋਂ ਬਾਅਦ ਉਹ ਭੁੱਖੇ ਪੇਟ ਨਾ ਬੱਚਾ ਸੋਏ, ਉਹਨੂੰ ਜ਼ਰੂਰ ਦੁੱਧ ਪਿਲਾਓ, ਖਾਣਾ ਪੀਣਾ ਦਿਓ, ਤਾਂ ਕਿ ਉਹ ਚਮਕੀ ਬੁਖਾਰ ਦੀ ਜਿਹੜੀ ਇੱਕ ਸਟਾਰਟਿੰਗ ਹੈ ਉਹ ਤੋਂ ਹੀ ਬਚ ਸਕੇ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਲੀਚੀ ਦਾ ਛਿਲਕਾ ਉਤਾਰਨ ਤੋਂ ਬਾਅਦ ਇੱਕ ਕੀੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਕੀੜਾ ਦੇਖਣ 'ਚ ਬਿਲਕੁਲ ਲੀਚੀ ਦੇ ਅੰਦਰਲੇ ਹਿੱਸੇ ਵਰਗਾ ਹੈ, ਜਿਸ ਦੀ ਪਹਿਚਾਣ ਕਰਨਾ ਮੁਸ਼ਕਲ ਹੈ, ਪਰ ਇਹ ਕੀੜਾ ਸਰੀਰ ਦੇ ਅੰਦਰ ਜਾ ਕੇ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਜੇ ਤੁਸੀਂ ਵੀ ਲੀਚੀ ਖਾਣ ਦੇ ਸ਼ੌਕੀਨ ਹੋ ਤਾਂ ਫਿਲਹਾਲ ਲੀਚੀ ਖਾਣਾ ਛੱਡ ਦਿਓ, ਨਹੀਂ ਤਾਂ ਤੁਹਾਨੂੰ ਵੀ ਸਿਹਤ ਸੰਬੰਧੀ ਮੁਸ਼ਕਲਾਂ ਹੋ ਸਕਦੀਆਂ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।